ਤਾਂ ਪੌਣੇ ਪੰਜ ਆਏ ਨੇ, ਸਾਢੇ ਪੰਜ ਗਏ ਨੇ, ਸਾਰਾ ਕੁਛ ਲੈ ਕੇ ਲੁੱਟ ਗਏ ਸਾਨੂੰ। ਪੰਜ ਚਾਰ ਜਣੇ ਸੀ ਸਾਨੂੰ ਬੰਨ ਤਾਂ ਉਹਨਾਂ ਦੋਵਾਂ ਜਣਿਆਂ ਦੀ, ਇੱਕ ਉਹਨਾਂ ਤੋਂ ਦਾਤਰ ਜਿਹਾ ਫੜਿਆ ਸੀ, ਇੱਕ ਉਹਨਾਂ ਕੋਲ ਪਿਸਤੌਲ ਹੈਗੀ ਸੀ, ਕਹਿੰਦਾ ਬੋਲੋਗੇ ਰੌਲਾ ਪਾਓਗੇ ਤੁਹਾਨੂੰ ਮਾਰਦੇ ਹਾਂ। ਹਾਂ ਕੁੱਟਮਾਰ ਕੀਤੀ ਹੈ, ਅਸੀਂ ਤਾਂ ਬੋਲੇ ਹੀ ਨਹੀਂ। ਫਿਰ ਮੈਂ ਕਹਿੰਦਾ ਬੋਲੋਗੇ ਤਾਂ ਮਾਰਦੇ ਹਾਂ ਤੁਹਾਨੂੰ। ਕਹਿੰਦਾ ਜੋ ਕੁਛ ਕਹਿੰਦੇ ਜੋ ਕੁਛ ਗੱਲ ਲੈ ਲਓ, ਸਾਰਾ ਕੁਛ ਇੱਥੇ ਹੀ ਤੁਸੀਂ ਦੇਖ ਲਓ। ਚਾਬੀਆਂ ਨਹੀਂ ਲੱਭੀਆਂ ਤਾਂ ਉਹਨਾਂ ਲੋਕ ਤੋੜਤੇ ਸਾਰੇ ਤੋੜੇ ਪੈਂਦੇ ਦਰਾਜ ਨਹੀਂ। ਰਾਜੇ ਮੈਂ ਤਾਂ ਵੈਸੇ ਜਿਵੇਂ ਰੋਜ਼ ਦਰਵਾਜ਼ਾ ਖੋਲ੍ਹੀ ਤਾਂ ਉਵੇਂ ਖੋਲ੍ਹਿਆ, ਤਾਂ ਅੱਗੋਂ ਹੀ ਤਾਂ ਮੈਨੂੰ ਉਹਨਾਂ ਫੜ ਲਿਆ। ਪਤਾ ਹੀ ਨਹੀਂ ਦਿਨ ਚੜ੍ਹਿਆ, ਚਾਨਣ ਹੋ ਜਾਂਦਾ ਨਾਲ ਪੌਣੇ ਪੰਜ ਵਜੇ। ਰੋਜ਼ ਉੱਠੀ ਦਾ ਇਸੇ ਟਾਈਮ 'ਤੇ, ਕਿੰਨੇ ਵਜੇ ਉੱਠੇ ਸੀ? ਪੌਣੇ ਪੰਜ। ਕੁਛ ਨਹੀਂ, ਮੈਂ ਤਾਂ ਗੇਟ ਖੋਲ੍ਹਿਆ ਸੈਰ ਵਾਸਤੇ, ਬਾਹਰ ਸੋ ਸਹੇਲੀਆਂ ਮੇਰੀਆਂ ਫੋਨ ਕਰੀ ਜਾਣ ਆ ਜਾਓ ਬਾਹਰ, ਅਤੇ ਉਹ ਅੰਦਰ ਮੈਨੂੰ ਕਹਿੰਦੇ ਫੋਨ ਨਹੀਂ ਚੁੱਕਣਾ, ਫੋਨ ਕਰਦਾ ਪਿਆ। ਸੈਂਟਰ ਹੋਏ ਆ, ਸਾਨੂੰ ਲੱਗਦਾ ਕੋਈ ਸ਼ੱਕ ਸ਼ੁੱਕ ਵੀ ਉਹਨਾਂ ਨੂੰ ਸਾਰੀ ਜਾਣਕਾਰੀ ਸੀ ਜਾ ਕੇ? ਮੈਨੂੰ ਕੁਛ ਕਿੰਨਾ ਕੁ ਸਮਾਨ ਮਾਰਾ ਜੀ ਤੁਹਾਡਾ ਹੋਇਆ? ਰਾਜੇ ਬਹੁਤ ਕੁਛ ਲੈ ਗਏ, ਮੈਂ ਦੱਸ ਨਹੀਂ ਸਕਦੀ ਬੜਾ ਕੁਛ। ਜਵੈਲਰੀ ਕਿੰਨੀ ਸੀ? ਜਵੈਲਰੀ ਵਾਧੂ ਸੀ, ਸੋਨਾ ਪੈਸੇ ਵੀ ਵਾਧੂ ਲੈ ਗਏ ਨੇ। ਜੀ ਆਪਣਾ ਨਾਮ? ਜੀ ਹਲਾਲ। ਕੀ ਹੋਇਆ ਤੁਹਾਨੂੰ ਸਾਰਾ ਜੀ, ਕਿਸ ਤਰ੍ਹਾਂ ਹੋਇਆ? ਅਸੀਂ ਤਾਂ ਸਵੇਰੇ 4:30 ਵਜੇ ਤਕਰੀਬ ਮੇਰੀ ਵਾਈਫ ਨੇ ਗੇਟ ਖੋਲ੍ਹਿਆ, ਅਤੇ ਅੱਗੇ 4 ਬੰਦੇ ਬੈਠੇ ਹੋਏ ਸੀਗੇ, ਲੋਕੇ ਬੈਠੇ ਸੀਗੇ, ਉਹ ਅੰਦਰ ਕੰਧ ਟੱਪ ਕੇ ਆਏ ਸੀ ਅੰਦਰ, ਅਤੇ ਉਹਨਾਂ ਨੇ ਉਸੇ ਉਹਨੂੰ ਉਹਦਾ ਮੂੰਹ ਮਾਂ ਬੰਨ ਕੇ ਉਹਨੂੰ ਅੰਦਰ ਖਿੱਚ ਕੇ ਲੈਂਦਾ, ਅਤੇ ਮੇਰੀ ਵੀ ਲੱਤਾਂ ਵੀ ਅਤੇ ਬਾਹਾਂ ਬੰਨ ਦਿੱਤੀਆਂ, ਅਤੇ ਜੋ ਸਮਾਨ ਅੰਦਰ ਪਿਆ ਸੀ ਕੈਸ਼ ਸੀਗਾ, ਗੋਲਡ ਸੀਗਾ, ਮੇਰਾ ਇੱਕ ਲਸੰਸੀ ਰਿਵਾਲਵਰ ਸੀਗਾ, ਉਹ ਵੀ ਉਹ ਲੁੱਟ ਕੇ ਲੈ ਗਏ, ਅਤੇ ਜੀ ਉਹ ਕਹਿੰਦੇ ਸੀ ਤੁਸੀਂ ਬੋਲੋਗੇ ਤਾਂ ਤੁਹਾਨੂੰ ਜਾਨੋਂ ਮਾਰ ਦਿਆਂਗੇ। ਕਿੰਨੇ ਬੰਦੇ ਸੀ? 4 ਆਦਮੀ ਸੀਗੇ, ਉਹਨਾਂ ਕੋਲ ਇੱਕ ਰਿਵਾਲਵਰ ਸੀਗਾ, ਪਿਸਟਲ ਸੀਗਾ, ਮੂੰਹ ਉਹਨਾਂ ਨੇ ਆਪਣੇ ਕਵਰ ਕੀਤੇ ਹੋਏ ਸੀ। ਉਮਰ ਇਹੋ ਹੀ 35 ਤੋਂ 40 ਸਾਲ ਦੇ ਵਿੱਚ ਹੈਗੇ ਸੀ। ਕਿੰਨਾ ਕੁ ਕੈਸ਼ ਲੈ ਗਏ ਨੇ, ਕਿੰਨਾ ਗੋਲਡ ਲੈ ਗਏ ਨੇ? ਹੁਣ ਅੰਦਾਜ਼ਾ ਲਾਉਂਦੇ ਪਿਆ, ਵੇਖਣੇ ਪਿਆ, ਇਹੋ ਹੀ 2-3 ਕਰੋੜ ਦੇ ਕਰੀਬ ਕੈਸ਼ ਤੇ ਨਾਲ ਗੋਲਡ ਹੈਗਾ ਸੀ। ਕੈਸ਼ ਕਿੰਨਾ ਸੀ? 1 ਕਰੋੜ ਦੇ ਕਰੀਬ ਕੈਸ਼ ਸੀਗਾ, ਤੇ ਬਾਕੀ ਗੋਲਡ ਸੀਗਾ। ਗੋਲਡ ਕਿੰਨਾ ਕੁ ਸੀ? ਹੁਣ ਦੇਖਣੇ ਪਿਆ ਹਿਸਾਬ, ਵੇਖਣੇ ਕੀ ਥੁੱਕ ਤੋਂ ਕੀ ਚੁੱਕਿਆ ਉਹਨਾਂ, ਕੀ ਲੈ ਕੇ ਕੱਢ ਕੇ। ਸੋਨ ਦਾ ਸਪੋਰਟਮੈਂਟ ਕੀ ਧਮਕੀਆਂ ਲਾਈਆਂ ਤੁਹਾਨੂੰ? ਵੀ ਜੇ ਤੁਸੀਂ ਕੋਈ ਕਰੋਗੇ ਤੇ ਅਸੀਂ ਤੁਹਾਨੂੰ ਮਾਰ ਦਿਆਂਗੇ, ਜਾਨੋਂ ਮਾਰ ਦਿਆਂਗੇ। ਛੱਡ ਗਿਆ ਉਹ, ਪੁਲਿਸ ਲੈ ਗਈ ਹੈ, ਕੋਈ ਰੱਸੀਆਂ ਵਗੈਰਾ ਗਏ ਬੰਨਣ ਵਾਲੀਆਂ, ਪੁਲਿਸ ਆ ਗਈ ਮੌਕੇ ਤੇ, ਉਸੇ ਆ ਗਈ। ਕਿੰਨੀ ਦੇਰ ਤੱਕ ਤੁਹਾਡੇ ਘਰ ਵਿੱਚ ਰਹੇ ਨੇ? 1 ਘੰਟਾ ਰਹੇ। ਹਾਂਜੀ, ਤੋੜ ਭੰਨ ਵੀ ਕੀਤੀ? ਹਾਂ, ਤੋੜ ਭੰਨਿਆ, ਸਾਰੇ ਦਰਾਜ ਦਰੂਜ ਤੋੜ ਭੰਨ ਗਏ, ਉਹਦੇ ਚੋਂ ਕੱਢ ਕੇ ਲੈ ਕੇ ਗਿਆ ਸਭ ਕੁਛ, ਜਿਹੜੀਆਂ ਅਲਮਾਰੀਆਂ ਸੀ ਤੋੜ ਭੰਨ ਗਿਆ ਸਾਰੀਆਂ। ਜਿਸ ਤਰੀਕੇ ਨਾਲ ਆਏ ਅੰਕਲ, ਤੁਹਾਨੂੰ ਲੱਗਦਾ ਵੀ ਕੋਈ ਪਹਿਲਾਂ ਤਾਂ ਉਹਨਾਂ ਨੇ ਕੋਈ ਜਾਣਕਾਰੀ ਹੋ ਸਕਦਾ? ਹੁਣ ਅਸੀਂ ਕੀ ਕਹਿ ਸਕਦੇ ਹਾਂ ਇਸ ਮਾਮਲੇ 'ਚ? ਸੀਸੀਟੀਵੀ ਆਈ ਹੈ ਵੀਡੀਓ? ਹਾਂ, ਉਹ ਸਾਰੀਆਂ ਪੁਲਿਸ ਕੋਲ ਹੈਗੀਆਂ। ਆਪਣੇ ਘਰ 'ਚ ਕੋਈ ਲੱਗਾ ਸੀਸੀਟੀਵੀ? ਨਹੀਂ, ਆਪਣੇ ਹੀ ਲੱਗਾ, ਆਮਣੇ ਸਾਹਮਣੇ ਲੱਗੇ ਹੋਏ ਆ, ਉਹ ਸਾਰੇ ਲੈ ਗਏ, ਪੁਲਿਸ ਲੈ ਗਈ। ਸਰ, ਅੱਜ ਤੁਸੀਂ ਪਹੁੰਚੇ ਹੋ ਇਸ ਜਗ੍ਹਾ ਦੇ ਉੱਤੇ, ਕੀ ਗੱਲ ਹੋਈ ਹੈ, ਵਾਰਦਾਤ ਕੀ ਹੋਈ ਹੈ ਇਸ ਜਗ੍ਹਾ ਦੇ ਉੱਤੇ? ਕਿਹਾ ਜਾ ਰਿਹਾ ਕਿ ਕਰੋੜਾਂ ਰੁਪਏ ਦੀ ਲੁੱਟ ਹੋਈ ਹੈ, ਬੰਧਕ ਬਣਾਇਆ ਗਿਆ ਘਰ ਦੇ ਵਿੱਚ ਦੋਵਾਂ ਜੀਆਂ ਨੂੰ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇੱਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਸਾਹਮਣੇ ਦੇਖ ਕੇ, ਵੀ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਲੁੱਟਮਾਰ ਹੋਈ ਆ, ਉਹਦੇ ਸੰਬੰਧੀ ਅਸੀਂ ਤਫਤੀਸ਼ ਕਰ ਰਹੇ ਹਾਂ। ਲੁੱਟ ਕਿੰਨੇ ਕੁ ਦੀ ਹੋਈ, ਕੁਛ ਪਤਾ ਚੱਲਿਆ ਜੀ? ਇਹ ਹਾਲੇ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ। ਕਨਫਰਮ ਨਹੀਂ ਹੋ ਰਿਹਾ? ਕਿੰਨੇ ਕੁ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ? ਇਹ ਵੀ ਕੈਮਰੇ ਖੰਗਾ ਰਹੇ ਹਾਂ, ਤਫਤੀਸ਼ ਜਾਰੀ ਹੈ। ਠੀਕ ਹੈ ਜੀ, ਥੈਂਕ ਯੂ।